ਜੀ ਅਸਲਾਮ ਵਾਲੇਕੁਮ ਜੀ, ਮੈਂ ਜਿਹੜਾ ਅੱਜ ਦਾ ਵਲੋਗ ਬਣਾ ਰਿਹਾ ਨਾ ਜੀ, ਮੈਂ ਬਹੁਤ ਹੀ ਦੁਖੀ ਦਿਲ ਦੇ ਨਾਲ ਠੀਕ ਹੈ ਇਹ ਵਲੋਗ ਬਣਾ ਰਿਹਾ ਕਿ ਮੈਂ ਅੱਜ ਆਇਆ ਹੋਇਆ ਇੱਧਰ ਨਾ ਕਾਂਦਲਿਆਂ ਵਾਲਾ ਤੋਂ ਅੱਗੇ ਹੈ ਪੁੱਲ ਪੀਰਾ ਔਰ ਜੋ ਬੀਤਾ ਸਾਈਡ, ਅਤੇ ਇਹਨਾਂ ਇਲਾਕਿਆਂ ਦੇ ਵਿੱਚ ਨਾ ਅੱਜ ਸੁਬਹ ਬਾਰਿਸ਼ ਆਈ ਹੈ ਔਰ ਬਾਰਿਸ਼ ਇਤਨੀ ਸ਼ਦੀਦ ਸੀ ਔਰ ਨਾਲ ਹਵਾ ਇਤਨੀ ਤੇਜ਼ ਸੀ ਕਿ ਸਾਰੀਆਂ ਫਸਲਾਂ, ਕਮਾਦ ਦੀ ਫਸਲ, ਚਾਵਲ ਦੀ ਫਸਲ, ਠੀਕ ਹੈ ਜੀ, ਉਸ ਤੋਂ ਇਲਾਵਾ ਜਿਹੜਾ ਹੈ ਆਪਣਾ ਮਕਈ ਦੀ ਫਸਲ ਬਿਲਕੁਲ ਤਬਾਹ ਹੋ ਕੇ ਰਹਿ ਗਈਆਂ। ਮੈਂ ਤੁਹਾਨੂੰ ਦਿਖਾਉਣਾ ਮਤਲਬ ਰਸਤੇ 'ਚ ਜਾਂ ਮੈਂ ਆ ਰਿਹਾ, ਅਤੇ ਬਹੁਤ ਮਤਲਬ ਇਤਨੇ ਬੁਰੇ ਹਾਲਾਤ ਨੇ ਕਿ ਉਹਨਾਂ ਦੇ ਪੱਲੇ ਕੋਈ ਚੀਜ਼ ਨਹੀਂ ਬਚੀ, ਫਸਲਾਂ ਬਿਲਕੁਲ ਜਿਹੜੀਆਂ ਨਾ ਉਹ ਖਤਮ ਹੋ ਗਈਆਂ, ਠੀਕ ਹੈ। ਅਤੇ ਹੁਣ ਇਹਦੇ 'ਚ ਮੈਂ ਇਹ ਗੱਲ ਕਰਨਾ ਚਾਹ ਰਿਹਾ ਕਿ ਅਸੀਂ ਲੋਕ ਨਾ ਹਕੂਮਤਾਂ ਨੂੰ ਮਤਲਬ ਕ੍ਰਿਟੀਸਾਈਜ਼ ਕਰਦੇ ਹਾਂ ਜਾਂ ਕਹਿੰਦੇ ਹਾਂ ਕਿ ਮਤਲਬ ਨਾ ਤਨਕੀਦ ਦਾ ਨਿਸ਼ਾਨਾ ਬਣਾਉਂਦੇ ਹਾਂ, ਜਦਕਿ ਅਸੀਂ ਇਹ ਪਹਿਲੂ ਨੂੰ ਦੇਖਦੇ ਹਾਂ ਕਿ ਸਾਡੇ ਰੱਬ ਨੇ, ਅੱਲਾਹ ਤਾਲਾ ਨੇ ਠੀਕ ਹੈ ਵਾਜ਼ੇ ਕਿਹਾ ਹੈ ਕੁਰਾਨ ਦੇ ਵਿੱਚ ਕਿ ਜਦੋਂ ਤੁਸੀਂ ਮੇਰੇ ਅਹਿਕਾਮਾਤ ਨੂੰ ਨਹੀਂ ਮੰਨੋਗੇ ਨਾ, ਤਾਂ ਮੈਂ ਤੁਹਾਡੇ 'ਤੇ ਐਸੇ ਹੁਕਮਰਾਨ ਮੁਸੱਲਤ ਕਰਾਂਗਾ ਕਿ ਜਿਹੜੇ ਤੁਹਾਡੇ ਬੜਿਆਂ ਦੀ ਇੱਜ਼ਤ ਨਾ ਕਰਨ, ਠੀਕ ਹੈ, ਤੁਹਾਡੇ ਛੋਟਿਆਂ 'ਤੇ ਮਤਲਬ ਤੁਹਾਡੇ ਬੱਚਿਆਂ 'ਤੇ ਸ਼ਫਕਤ ਨਾ ਕਰਨ, ਠੀਕ ਹੈ। ਔਰ ਅੱਜ ਕੀ ਹੈ, ਅੱਜ ਉਹੀ ਕੁਛ ਹੋ ਰਿਹਾ ਨਾ, ਅਤੇ ਇਹਦੇ ਵਿੱਚ ਅਸੀਂ ਹੁਕਮਰਾਨਾਂ ਨੂੰ ਭੈੜਾ ਨਾ ਕਹੀਏ, ਅਸੀਂ ਇਹ ਦੇਖੀਏ ਕਿ ਇਹ ਅੱਲਾਹ ਤਾਲਾ ਨੇ ਤਾਂ ਸਾਨੂੰ ਵਾਜ਼ੇ ਕਿਹਾ ਕਿ ਸਾਡੇ ਅਮਾਲ ਅਗਰ ਗਲਤ ਹੋਣਗੇ, ਸਾਡੇ ਅਮਾਲ ਠੀਕ ਨਹੀਂ ਹੋਣਗੇ, ਤਾਂ ਸਾਡੇ 'ਤੇ ਐਸੇ ਹੁਕਮਰਾਨ ਮੁਸੱਲਤ ਹੋਣਗੇ, ਅਤੇ ਇਹ ਮੁਸੱਲਤ ਸ਼ੁਦਾ ਹੁਕਮਰਾਨ ਨੇ, ਉਹ ਕੋਈ ਵੀ ਹੋਵੇ, ਠੀਕ ਹੈ ਨਾ। ਅਸੀਂ ਪਾਰਟੀਬਾਜ਼ੀ ਤੋਂ ਵੱਲ ਤਰ ਹੋ ਕੇ ਅਸੀਂ ਗੱਲ ਕਰ ਰਹੇ ਹਾਂ ਕਿ ਅੱਜ ਜਿਹੜੀ ਹੁਣ ਇਹ ਤੂਫਾਨੀ ਬਾਰਿਸ਼ ਆਈ ਹੈ ਔਰ ਇਹ ਜਿਹੜਾ ਨੁਕਸਾਨ ਹੋਇਆ ਫਸਲਾਂ ਦਾ, ਇਹ ਕਿਸੇ ਹੁਕਮਰਾਨ ਨੇ ਤਾਂ ਨਹੀਂ ਕੀਤਾ ਨਾ, ਇਹ ਕਿਸੇ ਹੁਕਮਰਾਨ ਨੇ ਕੀਤਾ, ਇਹ ਕਿਸੇ ਹੁਕਮਰਾਨ ਨੇ ਨਹੀਂ ਕੀਤਾ, ਇਹ ਅੱਲਾਹ ਤਾਲਾ ਦੀ ਨਾਰਾਜ਼ਗੀ ਹੈ, ਠੀਕ ਹੈ। ਅੱਲਾਹ ਤਾਲਾ ਦਾ ਸਾਡੇ ਨਾਲ ਜਿਹੜਾ ਹੈ ਉਹ ਨਾਰਾਜ਼ ਹੈ, ਠੀਕ ਹੈ, ਜਿਹਦੀ ਵਜ੍ਹਾ ਤੋਂ ਇਹ ਇਸ ਤਰ੍ਹਾਂ ਦੇ ਮਾਮਲਾਤ ਹੋ ਰਹੇ ਨੇ। ਅਤੇ ਇੱਥੋਂ ਤੁਹਾਨੂੰ ਵਾਜ਼ੇ ਪਤਾ ਲੱਗ ਜਾਣਾ ਚਾਹੀਦਾ ਕਿ ਅਸੀਂ ਹੁਕਮਰਾਨਾਂ ਦੇ ਉੱਤੇ ਤਨਕੀਦ ਕਰਕੇ, ਠੀਕ ਹੈ, ਆਪਣੇ ਆਪ ਨੂੰ ਸੁਰਖਰੂ ਨਹੀਂ ਕਰ ਸਕਦੇ। ਅਸੀਂ ਉਦੋਂ ਹੀ ਸੁਰਖਰੂ ਹੋ ਸਕਦੇ ਹਾਂ ਜਾਂ ਅਸੀਂ ਸਾਡੀ ਜਿਹੜਾ ਨਾ ਹਾਲਾਤ ਦੀ ਬਿਹਤਰੀ ਉਦੋਂ ਹੀ ਮੁਮਕਿਨ ਹੈ ਜਦੋਂ ਅਸੀਂ ਅੱਲਾਹ ਤਾਲਾ ਨੂੰ ਰਾਜ਼ੀ ਕਰੀਏ, ਠੀਕ ਹੈ। ਸਾਡੇ ਤੋਂ ਅੱਲਾਹ ਤਾਲਾ ਨਾਰਾਜ਼ ਹੈ, ਠੀਕ ਹੈ। ਅੱਜ ਜੋ ਮੈਂ ਦੇਖਿਆ ਹਾਲਾਤ ਫਸਲਾਂ ਦੇ, ਅਤੇ ਉਹ ਤਾਂ ਕਿਸੇ ਹੁਕਮਰਾਨ ਨੇ ਨਹੀਂ ਕੀਤੇ, ਠੀਕ ਹੈ, ਉਹ ਕੀਤੇ ਨੇ ਅੱਲਾਹ ਤਾਲਾ ਨੇ। ਅਤੇ ਅੱਲਾਹ ਤਾਲਾ ਤੁਹਾਨੂੰ ਦੱਸ ਰਿਹਾ ਕਿ ਜਿਹੜੇ ਹੁਕਮਰਾਨ ਹੈ ਉਹ ਵੀ ਮੇਰੀ ਤਰਫ ਤੋਂ ਹੈ, ਠੀਕ ਹੈ, ਅਤੇ ਜਿਹੜੀ ਆ ਫਸਲਾਂ ਦੇ ਨਾਲ ਜੋ ਹੋਇਆ, ਇੱਕ ਮਿੰਟ ਮੈਂ ਤੁਹਾਨੂੰ ਹੁਣ ਮੈਂ ਗੁਜ਼ਰ ਰਿਹਾ, ਅਤੇ ਮੈਂ ਗੱਡੀ ਰੋਕ ਕੇ ਅਤੇ ਮੈਂ ਤੁਹਾਨੂੰ ਦਿਖਾਉਂਦਾ। ਇਹ ਦੇਖੋ ਜੀ, ਇਹ ਫਸਲ ਹੈ ਮਕਈ ਦੀ, ਇਹ ਤੁਸੀਂ ਥੱਲੇ ਦੇਖ ਰਹੇ ਹੋ, ਬਿਲਕੁਲ ਜ਼ਮੀਨ ਦੇ ਨਾਲ ਲੱਗੀ, ਠੀਕ ਹੈ। ਉਹ ਅੱਗੇ ਤੁਸੀਂ ਦੇਖ ਰਹੇ ਹੋ ਜਿਹੜੀ ਅੱਗੇ ਦੀ ਫਸਲ ਹੈ, ਮਾਸ਼ਾਅੱਲਾ ਉਹਨੂੰ ਜਿਹੜਾ ਉਹ ਛੱਲੀ ਲੱਗੀ ਹੈ ਔਰ ਬਿਲਕੁਲ ਉਹ ਵਿੱਚੋਂ ਟਾਂਡੇ ਟੁੱਟ ਗਏ ਨੇ ਉਹਦੇ ਸਾਰੇ ਨਾ, ਉਹ ਅੱਗੇ ਮਤਲਬ ਤੁਸੀਂ ਸਾਰੀ ਚੈੱਕ ਕਰੋ, ਸਾਰੀ ਫਸਲਾਂ ਤਬਾਹ ਹੋ ਕੇ ਰਹਿ ਗਈਆਂ, ਬਿਲਕੁਲ ਜ਼ਮੀਨ ਦੇ ਨਾਲ ਲੱਗੀ ਪਈ। ਇਹ ਦੇਖੋ ਫਸਲ ਦੀ ਹਾਲਤ, ਦੇਖੋ ਇਹ ਫਸਲ ਸਹੀ ਹੋਣ ਵਾਲੀ ਨਹੀਂ ਹੈ, ਠੀਕ ਹੈ ਨਾ। ਮੈਂ ਇਹ ਗੱਲ ਕਰਨ ਦਾ ਮਕਸਦ ਇਹ ਹੈ ਕਿ ਇਹ ਜਿਹੜਾ ਮਾਮਲਾ ਹੋਇਆ ਇਹ ਕਿਹਨੇ ਕੀਤਾ, ਇਹ ਅੱਲਾਹ ਤਾਲਾ ਨੇ ਕੀਤਾ, ਅੱਲਾਹ ਤਾਲਾ ਦੀ ਨਾਰਾਜ਼ਗੀ ਹੈ ਸਾਡੇ ਨਾਲ, ਅਤੇ ਲਿਹਾਜ਼ਾ ਜਿਹੜਾ ਨਾ ਸਾਨੂੰ ਆਪਣੇ ਮਾਮਲਾਤ ਨੂੰ ਠੀਕ ਕਰਨਾ ਚਾਹੀਦਾ, ਠੀਕ ਹੈ। ਅੱਲਾਹ ਤਾਲਾ ਕੋਲੋਂ ਮਾਫ਼ੀ ਮੰਗਣੀ ਚਾਹੀਦੀ ਹੈ, ਰੋ ਰੋ ਕੇ, ਠੀਕ ਹੈ,
ਅਤੇ ਔਰ ਆਪਣੇ ਅਮਾਲ ਨੂੰ ਠੀਕ ਕਰਨਾ ਚਾਹੀਦਾ ਤਾਂ ਕਿ ਅੱਲਾਹ ਤਾਲਾ ਸਾਡੇ 'ਤੇ ਮਿਹਰਬਾਨੀ ਕਰੇ, ਸਾਡੇ 'ਤੇ ਹੁਕਮਰਾਨ ਵੀ ਨੇਕ ਆਉਣ, ਠੀਕ ਹੈ, ਸਾਡੀ ਫਸਲਾਂ ਵੀ ਜਿਹੜੀਆਂ ਉਹ ਸਾਡੇ ਵਾਸਤੇ ਫਾਇਦਾਮੰਦ ਹੋਣ, ਸੂਦਮੰਦ ਹੋਣ। ਹੁਣ ਅਸੀਂ ਅੱਜ ਕੱਲ੍ਹ ਜਿਹੜੀ ਫਸਲ ਲਗਾ ਰਹੇ ਹਾਂ ਉਹਦੇ ਕੀ ਹੁੰਦਾ ਜਾਂ ਤਾਂ ਹੁਣ ਇਹ ਤੂਫਾਨੀ ਬਾਰਿਸ਼ਾਂ ਦੀ ਵਜ੍ਹਾ ਤੋਂ ਖਰਾਬ ਹੋ ਗਈਆਂ, ਜੇ ਇਹ ਸਹੀ ਹੋ ਕੇ ਚੱਲੀਆਂ ਵੀ ਜਾਣ ਤਾਂ ਮੰਡੀਆਂ 'ਚ ਸਾਨੂੰ ਇਹਦਾ ਰੇਟ ਨਹੀਂ ਮਿਲਦਾ, ਉੱਥੇ ਮਾਫੀਆ ਬੈਠਾ। ਅਸੀਂ ਹੁਣ ਮਾਫੀਆ ਮਾਫੀਆ ਕਰਦੇ ਹਾਂ, ਮਾਫੀਆ ਵੀ ਅੱਲਾਹ ਤਾਲਾ ਨੇ ਸਾਡੇ 'ਤੇ ਮੁਸੱਲਤ ਕੀਤਾ ਸਾਡੇ ਅਮਾਲ ਦੀ ਵਜ੍ਹਾ ਤੋਂ, ਠੀਕ ਹੈ ਨਾ। ਅਤੇ ਇਸ ਵਾਸਤੇ ਸਾਨੂੰ ਥੋੜ੍ਹਾ ਜਿਹਾ ਨਾ ਆਪਣਾ ਰਿਵਿਊ ਕਰਨਾ ਚਾਹੀਦਾ, ਆਪਣੇ ਆਪ 'ਤੇ ਨਜ਼ਰਸਾਨੀ ਕਰਨੀ ਚਾਹੀਦੀ ਕਿ ਅਸੀਂ ਜਿਹੜਾ 24 ਘੰਟੇ ਦੀ ਜ਼ਿੰਦਗੀ ਗੁਜ਼ਾਰ ਰਹੇ ਹਾਂ, ਜਦਕਿ ਅੱਲਾਹ ਤਾਲਾ ਨੇ ਆਪਣਾ ਪੈਗੰਬਰ ਨਬੀ ਸੱਲਲ੍ਲਾਹੁ ਅਲੈਹਿ ਵਸੱਲਮ ਸਾਡੇ ਕੋਲ ਭੇਜੇ, ਠੀਕ ਹੈ, ਸਾਡੇ ਵਾਸਤੇ, ਅਤੇ ਮਤਲਬ ਅਸੀਂ ਤਾਂ ਉਹਨਾਂ ਨੂੰ ਨਹੀਂ ਦੇਖਿਆ, ਠੀਕ ਹੈ, ਲੇਕਿਨ ਉਹਨਾਂ ਦੀ ਨਿਸ਼ਾਨੀਆਂ ਸਾਡੇ ਕੋਲ ਨੇ ਕੁਰਾਨ ਪਾਕ ਦੀ ਸ਼ਕਲ ਦੇ ਵਿੱਚ, ਅਹਾਦੀਸ ਦੀ ਸ਼ਕਲ ਦੇ ਵਿੱਚ, ਸੁਨਤਾਂ ਦੀ ਸ਼ਕਲ ਦੇ ਵਿੱਚ, ਠੀਕ ਹੈ। ਔਰ ਇਹੀ ਸਾਡਾ ਇਮਾਨ ਦਾ ਹਿੱਸਾ ਹੈ ਕਿ ਅਸੀਂ ਉਹਨਾਂ ਚੀਜ਼ਾਂ 'ਤੇ ਇਮਾਨ ਲਿਆਏ ਕਿ ਵਾਕਈ ਇਹ ਬਰਹੱਕ ਨੇ, ਇਹ ਚੀਜ਼ਾਂ ਸਾਡੀਆਂ ਜਿਹੜੀਆਂ ਇਹ ਹਕੀਕਤ ਨੇ, ਠੀਕ ਹੈ। ਅਤੇ ਲਿਹਾਜ਼ਾ ਅਸੀਂ ਜਿਹੜਾ ਉਹਦੇ ਮੁਤਾਬਕ ਆਪਣੀ ਜ਼ਿੰਦਗੀ ਗੁਜ਼ਾਰੀਏ, ਜੋ ਅੱਲਾਹ ਤਾਲਾ ਸਾਡੇ ਤੋਂ ਚਾਹੁੰਦਾ ਅਸੀਂ ਉਸ ਤਰ੍ਹਾਂ ਕਰੀਏ, ਅਤੇ ਫਿਰ ਅੱਲਾਹ ਵੀ ਉਹ ਕਰੇਗਾ ਜੋ ਅਸੀਂ ਚਾਹੁੰਦੇ ਹਾਂ। ਅੱਲਾਹ ਤਾਲਾ ਨੇ ਕਿਹਾ ਨਾ ਕਿ ਇੱਕ ਮੇਰੀ ਚਾਹਤ ਹੈ, ਇੱਕ ਤੇਰੀ ਚਾਹਤ ਹੈ, ਠੀਕ ਹੈ। ਅਗਰ ਤੂੰ ਕਰੇਗਾ ਵੋ ਜੋ ਮੇਰੀ ਚਾਹਤ ਹੈ ਤੋ ਮੈਂ ਤੁਮੇ ਦੂੰਗਾ ਵੋ ਜੋ ਤੇਰੀ ਚਾਹਤ ਹੈ, ਔਰ ਅਗਰ ਤੂੰ ਨਹੀਂ ਕਰੇਗਾ ਵੋ ਜੋ ਮੇਰੀ ਚਾਹਤ ਹੈ ਤੋ ਮੈਂ ਤੁਝੇ ਥਕਾ ਦੂੰਗਾ ਉਸਮੇ ਜੋ ਤੇਰੀ ਚਾਹਤ ਹੈ, ਲੇਕਿਨ ਹੋਗਾ ਫਿਰ ਵਹੀ ਜੋ ਮੇਰੀ ਚਾਹਤ ਹੈ। ਅਤੇ ਇਸ ਵਾਸਤੇ ਅਸੀਂ ਜਿਹੜਾ ਨਾ ਅੱਲਾਹ ਤਾਲਾ ਦੇ ਅਹਿਕਾਮਾਤ ਨੂੰ, ਹਜ਼ੂਰ ਸੱਲਮ ਦੇ ਦੱਸੇ ਹੋਏ ਤਰੀਕਿਆਂ ਦੇ ਮੁਤਾਬਕ ਆਪਣੀ ਜ਼ਿੰਦਗੀ ਗੁਜ਼ਾਰੀਏ, ਅਤੇ ਇਨਸ਼ਾਅੱਲਾ ਅੱਲਾਹ ਖੈਰ ਕਰੇਗਾ, ਇਹੀ ਫਸਲਾਂ ਹੋਣਗੀਆਂ, ਇਹੀ ਮੁਲਕ ਹੋਏਗਾ, ਔਰ ਇਨਸ਼ਾਅੱਲਾ ਅਸੀਂ ਤਰੱਕੀ ਵੀ ਕਰਾਂਗੇ, ਅਸੀਂ ਫਲਾਂ ਫੁੱਲਾਂਗੇ ਵੀ, ਠੀਕ ਹੈ, ਸਾਡੀ ਨਸਲਾਂ ਜਿਹੜੀਆਂ ਉਹ ਪਰਵਾਨ ਚੜ੍ਹਨਗੀਆਂ, ਔਰ ਅੱਲਾਹ ਤਾਲਾ ਉਹਨਾਂ ਦੇ ਰਿਜ਼ਕ 'ਚ ਬਰਕਤ ਦੇਵੇਗਾ ਜਦੋਂ ਅਸੀਂ ਆਪਣੇ ਅਮਾਲ ਨੂੰ ਠੀਕ ਕਰਾਂਗੇ। ਅਤੇ ਅੱਜ ਦੇ ਮੇਰੇ ਵਲੋਗ ਦਾ ਸਿਰਫ ਇਹੀ ਮਕਸਦ ਸੀ, ਮੈਂ ਜਦੋਂ ਅੱਜ ਇਹ ਹਾਲਾਤ ਦੇਖ ਕੇ ਬਾਰਿਸ਼ ਦੀ ਵਜ੍ਹਾ ਤੋਂ ਕਿ ਇਤਨੀ ਸ਼ਦੀਦ ਜਿਹੜੀ ਹੈ ਉਹ ਤਬਾਹੀ ਹੋਈ ਹੈ, ਠੀਕ ਹੈ, ਲੋਕਾਂ ਦੀ ਫਸਲਾਂ ਜਿਹੜੀਆਂ ਤਬਾਹ ਹੋ ਕੇ ਰਹਿ ਗਈਆਂ, ਅਤੇ ਉਸ ਤੋਂ ਬਾਅਦ ਮੇਰਾ ਦਿਲ ਕੀਤਾ ਕਿ ਮੈਂ ਜਿਹੜਾ ਨਾ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰਾਂ, ਕਿਉਂਕਿ ਮੈਂ ਤਾਂ ਇਸ ਦੇ ਵਿੱਚ ਜਿਹੜਾ ਨਾ ਕਿਸੇ ਨੂੰ ਵੀ ਜ਼ਿੰਮੇਦਾਰ ਨਹੀਂ ਠਹਿਰਾਂ ਦਾ ਮਾਸ ਵਾਏ ਮੈਂ ਆਪਣੇ ਆਪ ਨੂੰ, ਕਿ ਸਾਡੀ ਆਪਣੀ ਗਲਤੀਆਂ, ਆਪਣੀਆਂ ਕੁਤਾਹੀਆਂ ਜਿਹਦੀ ਵਜ੍ਹਾ ਤੋਂ ਅੱਲਾਹ ਤਾਲਾ ਸਾਡੇ ਤੋਂ ਨਾਰਾਜ਼ ਹੈ, ਅਤੇ ਜਿਹਦੀ ਵਜ੍ਹਾ ਤੋਂ ਇਹ ਮੁਸਲਿਮ ਸਾਹਿਦ ਆ ਰਹੇ ਨੇ। ਅਗਰ ਅੱਜ ਹੁਕਮਰਾਨ ਸਾਡੇ 'ਤੇ ਮਤਲਬ ਉਹ ਐਸੇ ਹੁਕਮਰਾਨ ਨੇ ਜਿਹਨਾਂ ਨੂੰ ਸਾਡਾ ਖਿਆਲ ਨਹੀਂ, ਸਾਡੇ ਮਹਿੰਗਾਈ ਦਾ ਖਿਆਲ ਨਹੀਂ, ਉਹਦੀ ਵਜ੍ਹਾ ਇਹ ਹੈ ਕਿ ਅੱਲਾਹ ਤਾਲਾ ਨੇ ਮੁਸੱਲਤ ਕੀਤੇ ਨੇ, ਠੀਕ ਹੈ। ਅਗਰ ਹੁਕਮਰਾਨ ਸਾਡੇ ਜਿਹੜਾ ਹੈ ਨਾ ਮਤਲਬ ਸਾਡੇ ਮੁਆਫਿਕ ਹੋਣ, ਅਤੇ ਜ਼ਾਰੀ ਗੱਲ ਹੈ ਉਹਨਾਂ ਨੂੰ ਸਾਡਾ ਖਿਆਲ ਕਰਨਾ ਚਾਹੀਦਾ। ਅਗਰ ਅੱਜ ਉਹ ਖਿਆਲ ਨਹੀਂ ਕਰ ਰਹੇ, ਅਸੀਂ ਸਮਝਦੇ ਹਾਂ ਕਿ ਹੁਕਮਰਾਨ ਸਾਡੇ 'ਤੇ ਜਿਹੜਾ ਉਹ ਮਤਲਬ ਜਬਰ ਕਰਦੇ ਨੇ ਜਾਂ ਸਾਡੇ ਨਾਲ ਜ਼ਿਆਦਤੀ ਹੋ ਰਹੀ ਹੈ, ਠੀਕ ਹੈ, ਸਾਨੂੰ ਸਾਡੇ ਹਕੂਕ ਨਹੀਂ ਮਿਲ ਰਹੇ, ਉਹ ਵਜ੍ਹਾ ਇਹੀ ਹੈ ਕਿ ਅੱਲਾਹ ਤਾਲਾ ਨੇ ਉਹ ਸਾਡੇ 'ਤੇ ਆਪਣੇ ਵਾਅਦੇ ਦੇ ਮੁਤਾਬਕ ਮੁਸੱਲਤ ਕੀਤੇ ਨੇ, ਅਤੇ ਲਿਹਾਜ਼ਾ ਅਸੀਂ ਉਹ ਹੁਕਮਰਾਨਾਂ ਦੇ ਬਾਰੇ ਸਾਜ਼ਿਸ਼ਾਂ ਕਰਨ ਦੀ ਬਜਾਏ ਜਾਂ ਉਹਨਾਂ ਦੇ ਬਾਰੇ ਉਹਨਾਂ ਨੂੰ ਬੁਰਾ ਭਲਾ ਕਰਨ ਦੀ ਬਜਾਏ ਆਪਣੇ ਆਪ ਨੂੰ ਅਸੀਂ ਦੇਖੀਏ, ਆਪਣੇ ਆਪ ਨੂੰ ਅਸੀਂ ਠੀਕ ਕਰੀਏ, ਇਨਸ਼ਾਅੱਲਾ ਸਾਰੇ ਹੁਕਮਰਾਨ ਵੀ ਚੱਲ ਜਾਣਗੇ, ਫਿਰ ਸਾਨੂੰ ਹੁਕਮਰਾਨ ਵੀ ਉਹ ਮਿਲਣਗੇ ਜਿਹੜੇ ਸਾਡੇ ਬੜਿਆਂ ਦਾ ਇਹਤਰਾਮ ਕਰਨ, ਸਾਡੇ ਬੱਚਿਆਂ ਦਾ ਖਿਆਲ ਕਰਨ, ਅਤੇ ਹੋਰ ਜਿਹੜਾ ਹੈ ਸਾਡੀ ਫਸਲਾਂ ਜਿਹੜੀਆਂ ਇਹੀ ਜ਼ਮੀਨ ਸਾਡੀ ਜਿਹੜੀ ਆ ਉਹ ਸਾਨੂੰ ਫਾਇਦਾ ਦੇਗੀ। ਇਹ ਇਹ ਹੁਣ ਫਸਲ ਇੱਕ ਮੈਂ ਤੁਹਾਨੂੰ ਹੋਰ ਦਿਖਾਉਣਾ, ਇਹ ਜ਼ਰਾ ਚੈੱਕ ਕਰੋ, ਇਹ ਫਸਲ ਦੇਖੋ, ਬਿਲਕੁਲ ਤਿਆਰ ਫਸਲ, ਯਾਨੀ ਤਿਆਰ ਦਾ ਮਤਲਬ ਹੈ ਕਿ ਛੱਲੀ ਚੀਰ ਚੁੱਕੀ ਹੈ, ਠੀਕ ਹੈ, ਔਰ ਇਹ ਟੁੱਟੀ ਪਈ ਹੈ ਬਿਲਕੁਲ, ਇਹ ਦੇਖ ਲਓ ਸਾਰੀ। ਉਹ ਅੱਗੇ ਤੱਕ ਤਕਰੀਬਨ ਕੋਈ 8-10-15 ਏਕੜ ਦਾ ਇਹ ਪਲਾਟ ਹੈ ਜਿਹੜਾ ਕਿ ਬਿਲਕੁਲ ਤਬਾਹ ਹੋ ਕੇ ਰਹਿ ਗਿਆ। ਅਤੇ ਇਸ ਵਾਸਤੇ ਬਾਈ ਜਾਨ ਜਿਹੜਾ ਹੈ ਆਪਣੀ ਜਿਹੜਾ ਤੁਸੀਂ ਅੱਲਾਹ ਤਾਲਾ ਤੋਂ ਤੋਬਾ ਇਸਤਗਫਾਰ ਕਰੋ ਤਾਂ ਕਿ ਅੱਲਾਹ ਤਾਲਾ ਸਾਡੇ 'ਤੇ ਔਰ ਸਾਡੇ ਬੱਚਿਆਂ 'ਤੇ ਰਹਿਮ ਕਰੇ। ਜਜ਼ਾਕ ਅੱਲਾਹ।